Hello everyone, good evening. I am Lavjeev Kumar and you are watching Global Material YouTube channel. In this channel, we teach you languages like Italian. Today we ended the Italian basic course, which was named of A1. A1 we ended today and we will start A2, which will second basic course. Called in Italy A2, A2. So I thought about to announce my audience to teach you different level of English like me. I know I'm not talking so very well. So this is my level of English. You can learn like me. So if you want to encourage me, appreciate my level of English, how I'm talking, so encourage me in comment section. Please comment me if you want to learn English. So hurry up and finish this course of Italian, so that we can start the among not before, not after. We will start it among of these videos, like Italian videos. We will start the English videos along, and so go and watch my videos. So and please let me know about my level of English. I know my level. This is too much time after I am talking in English. My English is not very well. This is a basic English. Anyone can talk. If someone among you want to learn like me, please comment me and subscribe my channel and like it, share it. So let's start. ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਮੈਂ ਰਾਜੀਵ ਕੁਮਾਰ ਅਤੇ ਤੁਸੀਂ ਦੇਖ ਰਹੇ ਹਾਂ ਗਲੋਬਲ ਮਟੀਰੀਅਲ ਚੈਨਲ। ਮੈਂ ਥੋੜ੍ਹਾ ਜਿਹਾ ਟਰਾਈ ਕਰਕੇ ਦੇਖਦਾ ਸੀਗਾ ਕਿ ਕਿੰਨੀ ਕੁ ਮੈਂ ਬੋਲ ਪਾਉਂਦਾ ਹਾਂ, ਅਤੇ ਹਾਂਜੀ ਥੋੜ੍ਹੀ ਬਹੁਤੀ ਬੋਲ ਲੈਣਾ, ਪਰ ਜ਼ਿਆਦਾ ਨਹੀਂ, ਕਾਫੀ ਭੁੱਲ ਗਈ ਆ। ਮੈਂ ਆਈਲੈਟਸ ਵੀ ਕੀਤੀ ਹੋਈ ਆ, ਪੁਰਾਣੀ ਆਈਲੈਟਸ 2003 ਦੀ, 4 ਦੀ, 2005 ਦੀ ਸ਼ਾਇਦ, ਹਾਂਜੀ 2005 ਦੀ, ਅਤੇ ਕਾਫੀ ਭੁੱਲ ਗਈ ਆ, ਅਤੇ ਵਿੱਚੋਂ ਵਰਡਿੰਗ ਵੀ ਭੁੱਲ ਜਾਂਦੀ ਆ ਕਈ ਵਾਰੀ, ਪਰ ਸਹੀ ਆ ਕੁਛ ਹੱਦ ਤੱਕ। ਚਲੋ ਕੋਈ ਗੱਲ ਨਹੀਂ। ਹੁਣੇ ਮੈਂ ਤੁਹਾਨੂੰ ਦੱਸਦਾ ਸੀਗਾ ਕਿ ਅਗਰ ਤੁਸੀਂ ਕਲਾਸਿਸ ਲੈਣੀਆਂ ਚਾਹੁੰਦੇ ਆ ਤਾਂ ਦਾ ਬੇਸਿਕ ਇੰਗਲਿਸ਼ ਦੀਆਂ, ਤਾਂ ਤੂੰ ਮੈਂ ਤੁਹਾਨੂੰ ਥੋੜ੍ਹਾ ਟ੍ਰੇਨ ਕਰ ਸਕਦਾ ਹਾਂ, ਅਤੇ ਜ਼ਿਆਦਾ ਨਹੀਂ, ਥੋੜ੍ਹਾ ਟ੍ਰੇਨ ਕਰ ਸਕਦਾ, ਬੇਸਿਕ ਸਿਖਾ ਸਕਦਾ ਇੰਗਲਿਸ਼ ਦਾ। ਅਗਰ ਕਿਸੇ ਨੂੰ ਲੋੜ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ, ਥੱਲੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸਿਓ ਕਮੈਂਟ ਕਰਕੇ, ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੰਗਲਿਸ਼ ਦੇ ਵਿੱਚ ਤੁਹਾਡੀ ਟ੍ਰੇਨਿੰਗ ਕਰਵਾ ਦੂੰਗਾ। ਇੰਨੀ ਨਹੀਂ ਜਿੰਨੀ ਕੁ ਮੈਂ ਬੋਲ ਲੈਂਦਾ ਵੀ ਅਗਲੇ ਨੂੰ ਸਮਝਾਉਣ ਜੋਗੀ ਅਤੇ ਅਗਲੇ ਤੋਂ ਸਮਝਣ ਜੋਗੀ, ਉੱਨੀ ਕੁ ਮੈਂ ਤੁਹਾਨੂੰ ਸਿਖਾ ਦੂੰਗਾ। ਅਤੇ ਇੰਨੀ ਕਲੀਅਰਲੀ ਤਾਂ ਮੈਨੂੰ ਵੀ ਨਹੀਂ ਆਉਂਦੀ ਹੈਗੀ, ਭੁੱਲ ਗਈ, ਕਾਫੀ ਆਉਂਦੀ ਸੀ, ਭੁੱਲ ਗਈ। ਮੇਰੇ 6 ਬੈਂਡ ਆ ਪੁਰਾਣੇ, 6 ਬੈਂਡ ਆ ਮੇਰੇ ਉਹ। ਚਲੋ ਸਾਡਾ ਇੱਥੇ ਆਪਣਾ ਫੈਮਿਲੀ ਬਿਜ਼ਨਸ ਸੀਗਾ, ਤਾਂ ਕਰਕੇ ਮੈਂ ਇਟਲੀ 'ਚ ਆ ਗਿਆ, ਅਤੇ ਕਾਫੀ ਗੱਲਾਂ ਹੋ ਗਈਆਂ, ਕਾਫੀ ਇੰਗਲਿਸ਼ ਬੋਲ ਲਈ। ਅਤੇ ਤੁਸੀਂ ਵੀ ਕਹਿੰਦੇ ਹੋਣੇ ਆ ਵੀ ਪਤਾ ਨਹੀਂ ਇੰਗਲਿਸ਼ ਬੋਲੀ ਜਾਂਦਾ ਅੱਜ। ਚਲੋ ਹੁਣ ਇਹ 95 ਨੰਬਰ ਪੇਜ ਆ, ਅਤੇ ਮੈਨੂੰ ਦੱਸ ਦਿਓ ਅਗਰ ਤੁਸੀਂ ਇਹ ਮੇਰਾ ਕੋਰਸ, ਇਹ ਮੇਰੀ ਜਿੱਦਾਂ ਇੰਗਲਿਸ਼ ਬੋਲ ਲਈ ਸੀਗੀ, ਮੈਂ ਅਗਰ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਮੈਨੂੰ ਦੱਸ ਦਿਓ, ਅਗਰ ਤੁਸੀਂ ਸਿੱਖਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਸਿਖਾ ਦੂੰਗਾ, ਅਤੇ ਅਦਰਵਾਈਜ਼ ਤਾਂ ਅਸੀਂ ਆ ਦੂਏ ਤਾਂ ਨਾਲ ਨਾਲ ਕਰਨੀ ਆ। ਅਤੇ ਆ ਦੂਏ ਆ ਉਹ ਜਿੱਦਾਂ ਹੁਣ ਖਤਮ ਹੋ ਗਈ ਆ, ਅੱਜ ਆ ਲਾਸਟ ਪੇਜ ਆ, ਦੋ ਛੋਟੇ ਛੋਟੇ ਜਿਹੇ ਪੇਜ ਆ, ਇਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਇਹਨਾਂ ਦੇ ਜਿਹੜੇ ਇਟਲੀ ਦੇ ਸ਼ਹਿਰ ਆ ਵੱਡੇ ਵੱਡੇ, ਜਿੱਦਾਂ ਸਟੇਟਸ ਆ, ਸਟੇਟਸ ਬਾਰੇ ਦੱਸੂੰਗਾ, ਅਤੇ ਉਹ ਸਟੇਟਸ ਦੇ ਸ਼ਹਿਰ ਜਿਹੜੇ ਮੇਨ ਆ ਉਹਨਾਂ ਬਾਰੇ ਦੱਸੂੰਗਾ, ਅਤੇ ਮੈਨੂੰ ਜ਼ਰੂਰ ਦੱਸਿਓ, ਠੀਕ ਆ ਜੀ। ਹੁਣ ਚਲੋ ਵੀਡੀਓ ਸ਼ੁਰੂ ਕਰਦੇ ਹਾਂ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਵਾਓ। ਸਬਸਕ੍ਰਾਈਬਰਸ ਮੇਰੇ ਘੱਟ ਗਏ ਬਹੁਤ ਜ਼ਿਆਦਾ, ਸਬਸਕ੍ਰਾਈਬਰਸ ਘਟਣ ਦੇ ਨਾਲ ਜਿਹੜੀ ਜਿਹੜੀ ਵੀਡੀਓਜ਼ ਦੀ ਆਪਣੇ ਵੀਡੀਓਜ਼ ਦੇ ਵਿਊਜ਼ ਅਤੇ ਆਪਣੇ ਵੀਡੀਓ ਦੇ ਜਿਹੜਾ ਯੂਟਿਊਬ ਦਾ ਹੁੰਦਾ ਆ
ਐਨਾਲਿਸਿਸ ਹੁੰਦਾ ਆ ਉਹ ਘੱਟ ਗਿਆ ਆ, ਵੀਡੀਓਜ਼ ਐਨਾਲਾਈਜ਼ ਨਹੀਂ ਹੋ ਰਹੀਆਂ, ਜਾਣੀ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕਿੰਨੇ ਕੁ ਵਿਊਜ਼ ਕੱਲ੍ਹ ਦੇ ਆਊਗੇ ਜਾਂ ਪਰਸੋਂ ਦੇ ਆਊਗੇ, ਇਸ ਕਰਕੇ ਉਹ ਯੂਟਿਊਬ ਨੂੰ ਵੀ ਨਹੀਂ ਪਤਾ ਲੱਗ ਰਿਹਾ, ਤਾਂ ਕਰਕੇ ਉਹ ਥੋੜ੍ਹਾ ਜਿਹਾ ਪੈਸੇ ਪੂਸਿਆਂ ਦਾ ਚੱਕਰ ਪਾ ਸਕਦੇ ਆ, ਅਤੇ ਸਬਸਕ੍ਰਾਈਬਰ ਨਹੀਂ ਵੱਧਦੇ, ਵਿਊਜ਼ ਤਾਂ ਆਈ ਜਾਂਦੇ ਆ, ਜਿੰਨੇ ਕਈ ਹੈਗੇ ਆ ਮੇਰੇ ਸਬਸਕ੍ਰਾਈਬਰਸ ਹੈ ਨਾ, ਉਹੀ ਦੇਖਦੇ ਆ, ਹੋਰ ਨਹੀਂ ਦੇਖਦੇ। ਤੁਸੀਂ ਮੇਰਾ ਚੈਨਲ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਰਕੇ ਸਾਡੇ ਥੋੜ੍ਹੇ ਜਿਹੇ ਸਬਸਕ੍ਰਾਈਬਰ ਵਧਣ, ਮੈਨੂੰ ਵੀ ਹੌਂਸਲਾ ਹੋਵੇ, ਫਿਰ ਮੈਂ ਗਾਹਾਂ ਗਾਹਾਂ ਵਧਾ, ਅਤੇ ਇੰਗਲਿਸ਼ ਵੀ ਸਿਖਾ ਸਕਦਾ ਹਾਂ ਤੁਹਾਨੂੰ ਜਿੰਨੀ ਕੁ ਮੈਂ ਬੋਲੀ ਆ। ਉਸ ਤੋਂ ਬਾਅਦ ਅੱਗੇ ਇਟਾਲੀਅਨ ਦਾ ਪੂਰਾ ਕੋਰਸ ਕਰਵਾਊਂਗਾ, ਅਤੇ ਹਾਂਜੀ ਆਹ ਹੈਗੇ ਜੀ ਥੋੜ੍ਹੇ ਜਿਹੇ ਸ਼ਹਿਰਾਂ ਦੇ ਨਾਂ। ਅਬਰੂਸੋ, ਅਬਰੂਸੋ ਸ਼ਹਿਰ ਆ ਜੀ, ਇੱਥੇ ਦਾ ਸਟੇਟ ਆ ਇੱਥੇ ਦੀ, ਥੋੜ੍ਹਾ ਜਿਹਾ ਹਾਂਜੀ ਅਬਰੂਸੋ ਲਾਕੁਈਲਾ, ਅਬਰੂਸੋ ਅਬਰੂਸੋ ਲਾਕੁਈਲਾ। ਹੁਣ ਲਾਕੁਈਲਾ ਅਬਰੂਸੋ ਦੇ ਨਾਲ ਕਿਉਂ ਆਇਆ, ਕਿਉਂਕਿ ਉਹ ਉੱਥੇ ਅਬਰੂਸੋ ਦੀ ਸਟੇਟ ਹੋ ਗਈ ਜਾਂ ਕੈਪੀਟਲ ਹੋ ਗਈ, ਠੀਕ ਹੈ ਜੀ। ਬਸੀਲੀਕਾਤਾ ਦੀ ਹੋ ਗਈ ਕੈਪੀਟਲ ਪੋਤੈਂਸਾ, ਅਤੇ ਕੰਪਾਨੀਆ ਦੀ ਹੋ ਗਈ ਨਾਪੋਲੀ, ਕਲਾਬਰੀਆ ਦੀ ਹੋ ਗਈ ਕਤਨਜ਼ਾਰੋ, ਐਮੇਲੀਆ ਰੋਮਾਨੀਆ ਦੀ ਹੋ ਗਈ ਬੋਲੋਨੀਆ, ਫਰੂਇਲੀ ਵੈਨੇਸੀਆ ਜੂਲੀਆ ਜੂਲੀਆ ਤ੍ਰੀਸਤੇ ਤ੍ਰੀਐਸਤੇ, ਲਾਸੀਓ ਦੀ ਹੋ ਗਈ ਰੋਮਾ, ਜਿੱਦਾਂ ਮੈਂ ਲਾਸੀਓ ਦੇ ਵਿੱਚ ਰਹਿੰਦਾ, ਲਿਗੂਰੀਆ ਦੀ ਹੋ ਗਈ ਜੈਨੋਆ, ਲੋਮਬਾਰਦੀਆ ਦੀ ਹੋ ਗਈ ਮਿਲਾਨੋ, ਮਾਰਕੇ ਦੀ ਹੋ ਗਈ ਅੰਕੋਨਾ, ਮੋਲੀਸੇ ਦੀ ਹੋ ਗਈ ਕਾਂਪੋਬਾਸੋ, ਪੀਮਾਮੋਂਤੇ ਦੀ ਹੋ ਗਈ ਤੋਰੀਨੋ, ਪੂਲੀਆ ਦੀ ਹੋ ਗਈ ਬਾਰੀ, ਸਰਦੇਨੀਆ ਦੀ ਹੋ ਗਈ ਕਾਲਿਆਰੀ, ਸਿਸ਼ੀਲੀਆ ਦੀ ਹੋ ਗਈ ਵਲੈਰਮੋ, ਤੁਸਕਾਨਾ ਦੀ ਹੋ ਗਈ ਫਿਰੈਂਸੇ, ਤੈਰੈਂਟੀਨੋ ਆਲਤੋ ਆਦੀਜੇ ਤਰੈਂਤੋ, ਉਮਬਰੀਆ ਦੀ ਹੋ ਗਈ ਪੇਰੂਜਾ, ਵਾਲੇ ਦੀ ਆਓਸਤਾ ਦੀ ਹੋ ਗਈ ਆਓਸਤਾਈ, ਵੈਨੇਤੋ ਦੀ ਹੋ ਗਈ ਵੈਨੇਸੀਆ। ਹੁਣ ਇਹ ਆਹ ਦੇਖੋ ਕਲਾਬਰੀਆ ਥੱਲੇ ਸਭ ਤੋਂ ਸਾਊਥ, ਸਾਊਥ ਤੋਂ ਅਸੀਂ ਨੌਰਥ ਵੱਲ ਜਾਵਾਂਗੇ, ਸਾਊਥ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਸਿਸ਼ੀਲੀਆ, ਸਿਸ਼ੀਲੀਆ ਠੀਕ ਹੈ ਜੀ। ਉਸ ਤੋਂ ਬਾਅਦ ਕਲਾਬਰੀਆ ਕਤਨਜ਼ਾਰੋ ਜੀ ਦੀ ਮੇਨ ਸਿਟੀ ਹੋ ਗਈ, ਉਸ ਤੋਂ ਬਾਅਦ ਆ ਜਾਂਦਾ ਪੂਲੀਆ, ਉਸ ਤੋਂ ਬਾਅਦ ਆ ਜਾਂਦਾ ਬਸੀਲੀਕਾਤਾ, ਬਸੀਲੀਕਾਤਾ, ਉਸ ਤੋਂ ਬਾਅਦ ਆ ਜਾਂਦਾ ਕੰਪਾਨੀਆ, ਇੱਥੇ ਆਪਣੇ ਬਹੁਤ ਇੰਡੀਅਨ ਰਹਿੰਦੇ ਕੰਪਾਨੀਆ, ਨਾਪੋਲੀ, ਨਾਪੋਲੀ ਆ ਜਾਂਦਾ, ਉਸ ਤੋਂ ਬਾਅਦ ਆਉਂਦਾ ਮੋਲੀਸੇ, ਉਸ ਤੋਂ ਬਾਅਦ ਆ ਜਾਂਦਾ ਬਰੂਸੋ ਅਤੇ ਨਾਲ ਹੀ ਲਾਸੀਓ, ਇਹ ਬਰੂਸੋ ਅਤੇ ਲਾਸੀਓ ਇਕੱਠੇ ਇਕੱਠੇ ਹੀ ਆ, ਨਾਲ ਦੀ ਨਾਲ ਆ, ਠੀਕ ਹੈ ਜੀ। ਯਾਨੀ ਕਿ ਇੱਧਰ ਵੀ ਮਾਰੇ ਪੈ ਜਾਂਦੇ ਆ ਸਮੁੰਦਰ, ਆਹ ਪਰਲੇ ਪਾਸੇ ਵਾਲੇ ਮਾਰੇ ਆ, ਅਤੇ ਆਹ ਉਰਲੇ ਪਾਸੇ ਵਾਲੇ ਗੱਬੇ ਇਟਲੀ ਆ, ਠੀਕ ਹੈ ਜੀ। ਇੱਧਰ ਮੈਂ ਬਰੂਸੋ ਹੀ ਗਿਆ ਹਾਂ ਅੱਜ ਤੱਕ, ਦੇਖ ਲਓ ਮੈਂ ਜਾਂ ਮੈਂ ਬਰੂਸੋ ਦੇਖਿਆ ਜਾਂ ਮੈਂ ਪੂਰਾ ਲਾਸੀਓ ਦੇਖਿਆ। ਉਸ ਤੋਂ ਬਾਅਦ ਉਂਬਰੀਆ ਆ, ਫਿਰ ਹੈਗਾ ਆ ਮਾਰਕੇ, ਫਿਰ ਹੈਗਾ ਆ ਤੁਸਕਾਨਾ। ਇਹ ਇਹ ਤੁਹਾਨੂੰ ਮੈਂ ਸਿਟੀਜ਼ ਨਹੀਂ ਦੱਸ ਰਿਹਾ, ਮੈਂ ਤੁਹਾਨੂੰ ਸਟੇਟਸ ਦੱਸ ਰਿਹਾ, ਜਿਹੜੀਆਂ ਸਿਟੀਜ਼ ਆ ਉਹ ਫਿਰੈਂਸੇ ਆ। ਜਿੱਦਾਂ ਹੁਣ ਤੁਹਾਨੂੰ ਕੋਈ ਵੀ ਕਹੂਗਾ ਵੀ ਤੂੰ ਕਿੱਥੇ ਰਹਿੰਦਾ, ਅਗਲੇ ਨੇ ਪਤਾ ਕੀ ਕਹਿਣਾ, ਅਗਲੇ ਨੇ ਲਾਸੀਓ ਨਹੀਂ ਕਹਿਣਾ, ਨਾ ਕਿ ਤੁਸਕਾਨਾ ਰਹਿਣਾ, ਨਾ ਕਿ ਕਹਿਣਾ ਬਰੂਸੋ 'ਚ ਰਹਿਣਾ, ਨਾ ਕਿ ਕਹਿਣਾ ਵੀ ਮੈਂ ਮੋਲੀਸੇ 'ਚ ਰਹਿਣਾ, ਅਗਲੇ ਨੇ ਸਿੱਧਾ ਹੀ ਨਾ ਲੈਣਾ, ਕਹਿਣਾ ਮੈਂ ਫਿਰੈਂਸੇ ਰਹਿਣਾ, ਫਿਰੈਂਸੇ ਹਾਂ ਜੀ। ਹੁਣ ਫਿਰੈਂਸੇ ਦੀ ਅਗਲਾ ਹੁਣ ਸਟੇਟ ਥੋੜ੍ਹਾ ਦੱਸੂਗਾ, ਜਿੱਦਾਂ ਹੁਣ ਹੁਣ ਕੋਈ ਵੀ ਆ ਸਾਡੇ, ਜਿੱਦਾਂ ਸਾਡੇ ਤਾਂ ਸ਼ਹਿਰ ਦੇ ਵਿੱਚੋਂ ਸਾਡੇ ਤਾਂ ਪੰਜਾਬ ਦਾ ਨਾਂ ਲੈ ਜਾਂਦੇ, ਪਰ ਇਹ ਨਹੀਂ ਇੱਦਾਂ ਕਹਿੰਦੇ ਵੀ ਲਾਸੀਓ ਜਾਂ ਸਿੱਧੇ ਕਹਿੰਦੇ ਰੋਮਾ ਤੋਂ ਆ, ਠੀਕ ਹੈ ਜੀ। ਉਸ ਤੋਂ ਬਾਅਦ ਐਮੀਲੀਆ ਰੋਮਾਨੀਆ, ਜਿਹੜਾ ਕਿ ਬਲੋਨੀਆ ਹੋ ਗਿਆ, ਬਲੋਨੀਆ ਸਾਈਡ। ਉਸ ਤੋਂ ਬਾਅਦ ਵੈਨੇਤੋ ਹੋ ਗਿਆ, ਵੈਨੇਸੀਆ ਜਿਹਨੂੰ ਕਹਿ ਦਿੰਦੇ ਪਾਣੀ ਵਾਲਾ ਸ਼ਹਿਰ। ਉਸ ਤੋਂ ਬਾਅਦ ਫਰੂਇਲੀ ਵੈਨੇਸੀਆ ਜੂਲੀਆ, ਆਹ ਜਾਣੀ ਕਿ ਛੋਟਾ ਜਿਹਾ ਸ਼ਹਿਰ ਆ, ਇਹ ਘੱਟੇ ਜੂਸ ਦੇ ਵਿੱਚ ਆਉਂਦਾ, ਤੁਸੀਂ ਘੱਟੇ ਸੁਣਿਆ ਹੋਣਾ, ਤ੍ਰੀਐਸਤੇ ਜਿਹਦਾ ਵੱਡਾ ਸ਼ਹਿਰ ਆ। ਉਸ ਤੋਂ ਬਾਅਦ ਤਰੈਂਤੀਨੋ ਆਲਦੋ ਐ ਦੀਜੇ, ਇਹ ਵੀ ਛੋਟਾ ਜਿਹਾ ਸ਼ਹਿਰ ਆ, ਇਹ ਵੀ ਤੁਸੀਂ ਘੱਟੇ ਸੁਣਿਆ ਹੋਣਾ, ਤਰੈਂਤੋ ਜਿਹਦਾ, ਤਰੈਂਤੋ ਦੂਸਰਾ ਆ ਸ਼ਹਿਰ ਹੋ ਗਿਆ। ਉਸ ਤੋਂ ਬਾਅਦ ਲੋਮਬਾਰਦੀਆ, ਮਿਲਾਨੋ, ਮਿਲਾਨੋ ਤਾਂ ਸੁਪਰ ਉਪਰ ਹਿੱਟ ਆ, ਤੁਹਾਨੂੰ ਪਤਾ ਹੀ ਆ ਸਾਰੇ, ਮਿਲਾਨੋ ਦੀ ਤਾਂ ਜਿਹੜੀ ਰੋਬਰਟੋ ਮਿਲਾਨੋ ਆ, ਜਿਹੜੀ ਗੋਗਲਸ ਆ, ਐਨਕਾਂ ਬਹੁਤ ਮਸ਼ਹੂਰ ਆ, ਠੀਕ ਹੈ ਜੀ। ਉਸ ਤੋਂ ਬਾਅਦ ਜੈਨੋਵਾ ਹੋ ਗਿਆ, ਉਸ ਤੋਂ ਬਾਅਦ ਲਿਗੂਰੀਆ ਹੋ ਗਿਆ, ਪਿਮੋਂਤੇ ਹੋ ਗਿਆ, ਤੋਰੀਨੋ, ਆਓਸਤਾ ਹੋ ਗਿਆ, ਆਓਸਤਾ ਵੀ ਛੋਟਾ ਜਿਹਾ, ਠੀਕ ਹੈ ਜੀ। ਇਹ ਹੋ ਗਏ ਥੋੜ੍ਹੇ ਜਿਹੇ ਸ਼ਹਿਰ। ਉਸ ਤੋਂ ਬਾਅਦ ਨੌਰਥ ਸਾਊਥ ਦੇਖ ਲਈਏ, ਸਰਦੇਨੀਆ, ਜਿਹਦੇ ਵਿੱਚ ਇੱਕ ਵੱਖਰਾ ਪਾਰਟ ਆ ਇਟਲੀ ਦਾ, ਜਿਹਨੂੰ ਆਲਤਰਾ ਇਤਾਲੀਆ ਇੱਥੇ ਦੇ ਲੋਕ ਕਹਿ ਦਿੰਦੇ ਆ, ਵੀ ਜਾਣੀ ਕਿ ਸਰਦੇਨੀਆ ਆ ਉਹ, ਆਹ ਸਰਦੇਨੀਆ ਇੱਕ ਵੱਖਰਾ ਟਾਪੂ ਆ, ਜਿਹਦੇ ਵਿੱਚ ਜੇ ਜਾਣਾ ਹੋਵੇ ਤਾਂ ਸਿਸ਼ੀਲੀਆ ਵੱਲ ਦੀ ਜਾ ਹੁੰਦਾ ਆ, ਸਿਸ਼ੀਲੀਆ ਵੱਲ ਦੀ ਇੱਦਾਂ, ਠੀਕ ਹੈ ਜੀ, ਸਿਸ਼ੀਲੀਆ ਵੱਲ ਦੀ ਜਾ ਹੁੰਦਾ।
ਅਤੇ ਇਹ ਹੋ ਗਿਆ ਪੇਜ ਕੰਪਲੀਟ। ਹੁਣ ਮਾੜਾ ਜਿਹਾ ਉਹਨੂੰ ਦੇਖ ਲਈਏ, ਮੁਲਤਾਨੀਆ ਮੁਲਤੂਨੀਆ ਕੀ ਹਿਸਾਬ ਕਿਤਾਬ ਹੈ। ਮੁਲਤਾਨੀਆ ਹੁੰਦੇ ਪਹਾੜ, ਕੋਲੀਨਾ ਕੋਲੀਨਾ ਹੁੰਦੇ ਆ ਟਿੱਲੇ, ਰੇਤ ਦੇ ਟਿੱਲੇ। ਲਾਗੋ ਹੁੰਦੀ ਆ ਜਿਹਦੇ ਵਿੱਚ, ਜਿਹਦੇ ਜਾਣੀ ਕਿ ਆਪਣੇ ਝੀਲ ਝੀਲ। ਉਸ ਤੋਂ ਬਾਅਦ ਮਾਰੇ ਮਾਰੇ ਹੁੰਦੇ ਆ ਆਪਣੇ ਜਿੱਥੇ ਬੀਚ, ਪਿਆਨੂਰਾ ਪਿਆਨੂਰਾ ਜਿੱਥੇ ਖੇਤ ਖੂਤ ਹੋਣ, ਜਾਣੀ ਕਿ ਸਪਾਟ ਜਗ੍ਹਾ ਹੋਵੇ ਜਿੱਦਾਂ ਆਪਣੇ ਪੰਜਾਬ ਦੀ ਆ। ਫਿਊਮੇ ਫਿਊਮੇ ਹੁੰਦੀ ਆ ਨਹਿਰ, ਠੀਕ ਹੈ ਜੀ। ਇਹ ਪੇਜ ਕੰਪਲੀਟ। ਅਗਰ ਤੁਹਾਨੂੰ ਮੇਰੀ ਇੰਗਲਿਸ਼ ਵਧੀਆ ਲੱਗੀ, ਮੈਨੂੰ ਪਤਾ ਕਿ ਜ਼ਿਆਦਾ ਵਧੀਆ ਨਹੀਂ ਹੋਣੀ, ਉਹ ਪਹਿਲੀ ਵਾਰ ਬੋਲੀ ਬਹੁਤ ਟਾਈਮ ਬਾਅਦ, ਕਿਉਂਕਿ ਕੋਈ ਬੋਲਣ ਨੂੰ ਨਹੀਂ ਮਿਲਿਆ। ਮੈਂ ਅੱਜ ਤੋਂ 4 ਸਾਲ ਪਹਿਲਾਂ ਦੁਬਈ ਗਿਆ ਸੀ ਘੁੰਮਣ ਵਾਸਤੇ, ਉੱਥੇ ਯੂਜ਼ ਹੋਈ ਸੀ ਬਸ। ਉੱਥੇ ਵੀ ਜਿੱਦਾਂ ਦੀ ਆਉਂਦੀ ਸੀ ਉੱਦਾਂ ਦੀ ਮੈਂ ਬੋਲਦੀ ਸੀ। ਚਾਰ ਸ਼ਾਇਦ 5 ਸਾਲ ਹੋ ਗਏ, ਅਤੇ ਉੱਥੇ ਹੀ ਬੋਲੀ ਸੀ। ਮੈਨੂੰ ਇੰਨਾ ਪ੍ਰੈਕਟਿਸ ਵੀ ਨਹੀਂ ਹੈਗੀ, ਤਾਂ ਕਰਕੇ ਇੱਦਾਂ ਦੀ ਬੋਲ ਹੋਈ ਆ। ਕੋਈ ਗੱਲ ਨਹੀਂ, ਤੁਸੀਂ ਅਗਰ ਤੁਹਾਡਾ ਟੱਚ ਮੇਰੇ ਨਾਲ ਰਹੂਗਾ ਅਤੇ ਤੁਸੀਂ ਸਿੱਖਣਾ ਚਾਹੁੰਦੇ ਹੋ, ਤਾਂ ਮੇਰਾ ਟੱਚ ਹੋਣ ਦੇ ਨਾਲ ਮੇਰੀ ਵੀ ਥੋੜ੍ਹੀ ਇੰਪਰੂਵ ਹੋ ਜੂਗੀ, ਤੁਸੀਂ ਵੀ ਸਿੱਖ ਸਕਦੇ ਆ। ਜਿੰਨੀ ਕੁ ਮੈਂ ਜਾਣੀ ਕਿ ਇਟਾਲੀਅਨ ਸਿਖਾ ਰਿਹਾ ਤੁਹਾਨੂੰ ਨਾ, ਉੱਨੀ ਕੁ ਤਾਂ ਇੰਗਲਿਸ਼ ਸਿਖਾ ਦੂੰਗਾ, ਇਹ ਮੈਂ 100% ਸ਼ਿਓਰ ਹਾਂ, ਠੀਕ ਹੈ ਜੀ। ਅਗਰ ਤੁਸੀਂ ਚਾਹੁੰਦੇ ਆ ਤਾਂ, ਕੋਈ ਦੂਸਰਾ ਨਹੀਂ ਹੈਗਾ। ਅਗਰ ਮੈਨੂੰ ਕਮੈਂਟਸ ਆਊਗੇ ਫਿਰ ਹੀ ਮੈਂ ਸਟਾਰਟ ਕਰੂੰਗਾ, ਨਹੀਂ ਤਾਂ ਨਹੀਂ। ਨਹੀਂ ਤਾਂ ਪਹਿਲਾਂ ਇਟਾਲੀਅਨ ਹੀ ਖਤਮ ਕਰਾਂਗੇ ਸਿਖਾਉਣੀ, ਫਿਰ ਬਾਕੀ ਦੇਖਾਂਗੇ। ਮੇਰਾ ਵਿਲੀਓਸੋ, ਮੇਰਾ ਵਿਲੀਓਸੋ ਦਾ ਮਤਲਬ ਹੁੰਦਾ ਬਹੁਤ ਵਧੀਆ। ਫਿਰ ਉਸ ਤੋਂ ਬਾਅਦ ਇਹ ਲਾਸਟ ਪੇਜ ਆ ਇਸ ਬੁੱਕ ਦਾ, ਐਫ ਵੇਰੋ ਕ੍ਰੇਦੇਰਤਿਮੀ, ਕਹਿੰਦਾ ਇਹ ਸੱਚ ਆ। ਕ੍ਰੇਦੇਰਤਿਮੀ ਦਾ ਮਤਲਬ ਹੁੰਦਾ ਆ, ਕ੍ਰੇਦੇਰਤਿਮੀ ਦਾ ਮਤਲਬ ਹੁੰਦਾ ਮੇਰਾ ਵਿਸ਼ਵਾਸ ਕਰੋ। ਇਹ ਆ ਕਦੂ ਤੋਂ ਡਿੱਗਿਆ ਆ, ਕਦੂ ਤੋਂ ਡਿੱਗਿਆ ਹੁੰਦਾ। ਦੀ ਨੋਤੇ ਸੂ ਦੀ ਡੈਸ਼, ਹੁਣ ਇਹ ਥੋੜ੍ਹਾ ਜਿਹਾ ਇੱਧਰੋਂ ਪੜ੍ਹਨਾ ਪੈਣਾ ਸਾਨੂੰ ਵੀ ਕੀ ਹਿਸਾਬ ਕਿਤਾਬ ਆ, ਕਦੂ ਤੋਂ ਕੁਛ ਡਿੱਗਿਆ। ਜਾਣੀ ਕਿ ਮੈਂ ਤੁਹਾਨੂੰ ਇਹਦੀ ਇਟਾਲੀਅਨ ਦੱਸ ਦੂੰ, ਫੀਲਿੰਗ ਦੀ ਬਲੈਂਕਸ ਅਸੀਂ ਬਾਅਦ 'ਚ ਦੇਖ ਲਵਾਂਗੇ, ਮੇਰੇ ਹਿਸਾਬ ਨਾਲ ਇਹਨਾਂ ਦੀ ਲੋੜ ਹੀ ਨਹੀਂ ਹੈਗੀ। ਐਵੇਂ ਇਹਨਾਂ ਨੇ ਟਾਈਮ ਪਾਸ ਜਿਹਾ ਕੀਤਾ ਆ। ਗੁਰਦਾਂਦੋ ਗੁਰਦਾਂਦੋ ਹੁੰਦਾ ਦੇਖ ਜਾਣੀ ਕਿ ਨਾਲ ਦੀ ਨਾਲ ਦੇਖਣਾ। ਲੱਖਵਾ ਸਕੂਰਾ ਹੁੰਦਾ ਗਾੜਾ ਪਾਣੀ ਜਾਂ ਕਾਲਾ ਪਾਣੀ। ਕੋਨਲਾ ਦਨਾਤਾ ਵੋਲੀਆ, ਜਾਣੀ ਕਿ ਬਹੁਤ, ਜਾਣੀ ਕਿ ਦੁਨਾਤਾ ਵੋਲੀਆ ਹੁੰਦਾ ਵੀ ਬਹੁਤ ਜ਼ਿਆਦਾ ਦੇਖਣ ਦੀ ਚਾਹਤ। ਦੀ ਫਾਰ ਏ ਡੈਸ਼, ਠੀਕ ਹੈ ਜੀ। ਜੂ ਥੱਲੇ, ਦੁਨ ਤਰਾਤੋ, ਜਾਣੀ ਕਿ ਤਰਾਤੋ ਹੁੰਦਾ ਥੱਲੜਾ ਫਾਸਾ, ਠੀਕ ਹੈ ਜੀ। ਕੋਲਕੂਨੋ ਅਲੇ ਮੀਏ ਸਪਾਲੇ, ਕੋਈ ਅਲੇ ਮੀਏ ਸਪਾਲੇ, ਸਪਾਲੇ ਹੁੰਦਾ ਮੁੰਡੇ, ਮੇਰੇ ਮੁੰਡਿਆਂ ਦੇ ਉੱਪਰ। ਫੋਰਸੇ ਫਿਰ ਡੈਸ਼ ਆ ਗਿਆ। ਵਿਸਤੀਤੋ ਦਾ ਪਿਸਾਂਤੇ, ਵਿਸਤੀਤੋ ਦਾ ਪਿਸਾਂਤੇ ਦਾ ਮਤਲਬ ਹੁੰਦਾ ਵਿਸਤੀਤੋ ਹੁੰਦਾ ਕੱਪੜੇ ਪਾਏ, ਦਾ ਪਿਸਾਂਤੇ ਭਾਰੇ, ਮੀਂਹ ਪੋਰ ਤੋਂ ਮੈਂ ਲੈ ਕੇ ਜਾਂਦਾ। ਵੀਆ ਦਿਸ਼ੈਂਦੋਮੀ, ਦਿਸ਼ੈਂਦੋਮੀ ਕੋਸੀ, ਜਾਣੀ ਕਿ ਮੈਂ ਡਿਸਾਈਡ ਕਰ ਲਿਆ ਮੈਂ ਇੱਦਾਂ ਵੀ ਮੈਂ ਇੱਦਾਂ ਲੈ ਕੇ ਜਾਊਂਗਾ ਕੱਪੜੇ ਭਾਰੇ ਪਾ ਕੇ, ਮੀਂਹ ਪੋਰ ਤੋਂ ਮੈਂ ਲੈ ਕੇ ਜਾਣਾ, ਮੇਰਾ ਲੈ ਕੇ ਜਾਣਾ। ਵਾਇਆ ਦਿਸ਼ੈਂਦੋਮੀ ਕੋਸੀ, ਵੀ ਜਾਣੀ ਕਿ ਮੈਂ ਇੱਦਾਂ ਸੋਚ ਲਿਆ, ਡਿਸਾਈਡ ਕਰ ਲਿਆ। ਮੇਰਾ ਵਾਈਓ ਉਸ ਦਾ ਮਤਲਬ ਹੁੰਦਾ, ਤੁਹਾਨੂੰ ਦੱਸਿਆ ਜੀ ਤਾਂ ਉੱਪਰ, ਬਹੁਤ ਵਧੀਆ। ਮਾਂ ਕੌਮੇ ਨੌਂਤੀ ਅਕੌਰਜੀ, ਮਾਂ ਕੌਮੇ ਪਰ ਕਿੱਦਾਂ, ਨੌਂਤੀ ਤੂੰ ਨਹੀਂ, ਅਕੌਰਜੀ ਜਾਣਦਾ, ਦੀ ਕੁਆਂਤੋ ਕਿੰਨਾ, ਇਲ ਮੋਂਦੋ ਸੀਆ, ਜਿਹੜਾ ਵਰਲਡ ਆ, ਇਲ ਮੋਂਦੋ ਹੁੰਦਾ ਵਰਲਡ, ਸੀਆ ਹੋ ਸਕਦਾ। ਮੇਰਾ ਵਲੀਓਸੋ ਮੇਰੇ ਹਿਸਾਬ ਨਾਲ ਇਹ ਇਹਨਾਂ ਨੇ ਗਾਣਾ ਜਿਹਾ ਗਾਇਆ, ਐਵੇਂ ਟਾਈਮ ਖਰਾਬ ਕੀਤਾ, ਛੱਡੋ ਪਰਾ ਇਹਨੂੰ, ਕੋਈ ਫਾਇਦਾ ਨਹੀਂ ਹੈਗਾ। ਫਿਰ ਮੇਰਾ ਵਲੀਓਸੋ ਅਸੀਂ ਗਾਣੇ ਥੋੜ੍ਹੋ ਸਿੱਖਣੇ ਆ, ਮੇਰਾ ਵਲੀਓਸੋ ਗਾਣਾ ਆ, ਛੱਡੋ ਪਰਾ ਇਹਨੂੰ। ਅਸੀਂ ਆਹ ਦੇਖਦੇ ਹਾਂ ਫਿਗਰਸ ਦੇ ਵਿੱਚ ਕੀ ਸਿਖਾਇਆ ਇਹਨੇ, ਕੀ ਸਿੱਖਣ ਨੂੰ ਮਿਲੇਗਾ, ਕਿਉਂਕਿ ਅਸੀਂ ਬੇਸਿਕ ਸਿੱਖ ਰਹੇ ਹਾਂ, ਅਸੀਂ ਕਿਹੜਾ ਗਾਣੇ ਸਿੱਖਣੇ ਸਿੱਧੇ। ਇਹਨਾਂ ਨੇ ਬੇਵਕੂਫਾਂ ਨੇ ਆ ਉਹਨਾਂ ਦੀ ਬੁੱਕ ਦੇ ਵਿੱਚ ਗਾਣੇ ਪਾਏ ਹੋਗਾ, ਚਲੋ ਕੋਈ ਗੱਲ ਨਹੀਂ। ਗੁਆਰਦਾ ਲਈ ਇਮਾਜੀ ਲਈ, ਕਹਿੰਦੇ ਇਮਾਜੀ ਨਹੀਂ ਦੇਖੋ, ਗੁਆਰਦਾ ਹੁੰਦਾ ਦੇਖਣਾ। ਇਹ ਸਕਰੀਵੀ 'ਤੇ ਲਿਖੋ, ਇਲ ਨੋਮੇ ਨੈਲ ਪੋਸਤੋ ਜੂਸਤੋ, ਜਾਣੀ ਕਿ ਨੇਮ ਸਹੀ ਨੇਮ ਲਿਖੋ ਉਹਦਾ, ਪੋਸਤੋ ਜੂਸਤੋ ਸਹੀ ਨੇਮ, ਕੌਨ ਆਰਟੀਕਲੋ, ਆਰਟੀਕਲ ਦੇ ਨਾਲ ਉਨ ਜਾਂ ਊਨਾ ਆਰਟੀਕਲ ਪੋਈ ਅਸਕੋਲਤਾ, ਫਿਰ ਉਹਨੂੰ ਸੁਣੋ। ਲਾ ਕੰਸੋਨੇ ਇਹ ਕੰਟਰੋਲਾ ਮਾਮਾ ਮੀਆ, ਵੀ ਉਹ ਇਹਦਾ ਗਾਣਾ ਵੀ ਸੁਣਨਾ ਪੈਣਾ ਆ। ਜਾਣੀ ਕਿ ਹੁਣ ਇਹ ਕਹਿੰਦੇ ਆ ਵੀ ਜਿਹੜੀ ਆਹ ਫੋਟੋ ਆ, ਇਹ ਫੋਟੋ ਕਿੱਥੇ ਦੀ ਆ? ਇਹ ਫੋਟੋ ਵੈਨੇਸੀਆ ਦੀ ਆ, ਠੀਕ ਹੈ ਜੀ, ਪਾਣੀ ਵਾਲਾ ਸ਼ਹਿਰ। ਹੁਣ ਆਹ ਕੀ ਆ? ਇਹ ਮਾਰੇ ਆ, ਇੱਥੇ ਮਾਰੇ ਲਿਖ ਦੇਣਾ। ਆਹ ਕੀ ਆ ਫੋਟੋ? ਇਹ ਕੇਸਾ ਆ, ਇੱਥੇ ਕੇਸਾ ਲਿਖ ਦੇਣਾ। ਸਪੈਲਿੰਗ ਤੁਹਾਨੂੰ ਮੈਂ ਦੱਸ ਦਿੰਦਾ, ਕੇਸਾ CHIESA, ਅਤੇ ਮਾਰੇ ਦੀ ਸਪੈਲਿੰਗ ਹੁੰਦਾ ਆ MARE, ਅਤੇ ਵੈਨੇਸੀਆ ਦੀ ਸਪੈਲਿੰਗ ਹੁੰਦੀ ਹੈ VENEZIA, ਵੈਨੇਸੀਆ। ਆਹ ਹੋ ਗਈ ਦੌਨਾ,
ਜਾਂ ਕੁੜੀ ਕਹਿ ਲਓ, ਦੋਨਾਂ ਡੀ ਓ ਲਾ ਦੋਨਾਂ, ਯਾਨੀ ਕਿ ਉਹ ਕਹਿੰਦੇ ਆਰਟੀਕਲਸ ਵੀ ਲਾਉਣੇ, ਲਾ ਦੋਨਾਂ ਐਲ ਏ ਸਪੇਸ ਪਾ ਕੇ ਡੀ ਓ ਡਬਲ ਐਨ ਏ, ਆ ਹੋ ਗਿਆ ਬੱਚਾ, ਯਾਨੀ ਕਿ ਬਿੰਬੋ, ਇਲ ਬਿੰਬੋ, ਠੀਕ ਹੈ ਜੀ, ਬੀ ਆਈ ਐਮ ਬੀ ਓ। ਉਸ ਤੋਂ ਬਾਅਦ ਦੇਖ ਲੈਂਦੇ ਹਾਂ ਜੀ ਕਿ ਕੋਸਾ ਸ਼ਨੀਫੀਗਾ, ਕਿ ਕੋਸਾ ਸ਼ਨੀਫੀਗਾ, ਯਾਨੀ ਕਿ ਸ਼ਨੀਫੀਗਾ ਹੁੰਦਾ ਮਤਲਬ ਨਿਕਲਦਾ ਮੇਰਾਵਲੀ ਜੋਸੋ, ਮੇਰਾਵਲੀ ਜੋਸੋ ਦਾ ਮਤਲਬ ਕੀ ਹੁੰਦਾ ਆ ਤੁਹਾਨੂੰ ਮੈਂ ਦੱਸਿਆ ਸੀ, ਮਿੱਤੀ ਉਹਨਾਂ ਕਰੋਸ਼ੇ, ਯਾਨੀ ਕਰੋਸ਼ੇ ਲਾਉਣਾ ਆ, ਵਿਸ਼ੀਨੋ ਵਾਲੇ ਪਰੋਲੇ, ਵਿਸ਼ੀਨੋ ਕੋਲ ਵਾਲੇ ਪਰੋਲੇ, ਜਿਹੜੇ ਛਾਪਦੇ ਆ, ਪਰੋਲੇ ਹੁੰਦਾ ਛਾਪ ਦਾ, ਕੁੰਨ ਲੋ ਸਤੇਸੋ, ਕੁੰਨ ਲੋ ਯਾਨੀ ਕਿ ਸਤੇਸੋ ਕੁੰਨ ਨਾਲ, ਲੋ ਸਤੇਸੋ ਸਤੇਸੋ ਇੱਕੋ ਜਿਹਾ, ਸਨੀਫੀਗਾ ਤੋਂ ਇੱਕੋ ਜਿਹਾ, ਯਾਨੀ ਕਿ ਇੱਕ ਜਿਹਦੇ ਇੱਕ ਚੀਜ਼ ਦੇ ਬਹੁਤ ਬਹੁਤ ਚੀਜ਼ਾਂ ਦੇ ਯਾਨੀ ਕਿ ਮਤਲਬ ਨਿਕਲ ਜਾਣ, ਉਹ ਅਸੀਂ ਦੇਖਣਾ ਫੈਂਟਾਸਟਿਕੋ। ਹੁਣ ਫੈਂਟਾਸਟਿਕੋ ਬੈਲੀਸੀਮੋ, ਫੈਂਟਾਸਟਿਕੋ ਬੈਲੀਸੀਮੋ, ਪੈਰੀਕੋਲੋਸੋ ਇੰਪੋਸੀਬਿਲੇ, ਪੈਰੀਕੋਲੋਸੋ ਹੁੰਦਾ ਡੇਂਜਰਸ, ਇੰਪੋਸੀਬਲ ਇੰਪੋਸੀਬਲ, ਸਤੂਪੈਂਡੋ ਜੈਂਤੀਲੇ ਸਤੂਪੈਂਡੋ, ਬੈਲੀਸੀਮੋ ਵੀ ਹੋ ਗਿਆ, ਜੈਂਤੀਲੇ ਸਤੂਪੈਂਡੋ, ਜੈਂਤੀਲੇ ਹੁੰਦਾ ਬਹੁਤ ਵਧੀਆ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਹ ਮੇਰਾ ਵੀ ਜੋਸੋ ਦੇ ਨਾਲ ਦੇ ਦਿਲ ਕੰਸੋਨੇ, ਆਹ ਗਾਣਾ ਸੁਣਨਾ ਪੈਣਾ, ਕੰਸੋਨੇ ਹੁੰਦਾ ਗਾਣਾ, ਸਾਨੂੰ ਦੱਸਿਆ ਸੀਗਾ, ਇਹਦੇ ਵਿੱਚ ਤਾਂ ਗਾਣਾ ਸੁਣਨਾ ਪੈਣਾ ਸਾਨੂੰ, ਜਿਹੜਾ ਗਾਣਾ ਗਾ ਆ, ਚਲੋ ਕੋਈ ਗੱਲ ਨਹੀਂ, ਗਾਣਾ ਲਿਖਿਆ, ਸੋਰੀ, ਇਲ ਮੋਂਦੋ ਕਹਿੰਦੇ ਕੀ ਆ, ਕੁਆਲੀ ਦੀ ਕੁਸਤੇ ਕੋਸੇ ਸੋਨੋ ਮੇਰੇ ਵਾਲੀ ਜੋਸੇ ਨੈਲ ਟੈਸਟੋ ਦੈਲਾ ਕੰਸੋਨੇ। ਹਾਂ, ਟੈਕਸਟ ਦੇ ਵਿੱਚ ਉਹ ਕਹਿੰਦੇ ਕਿਹੜੇ ਕਿਹੜੇ ਸ਼ਬਦ ਆ ਜਿਹੜੇ ਮੇਰੇ ਵਾਲੀ ਜੋਸੇ ਆ, ਯਾਨੀ ਕਿ ਬਹੁਤ ਵਧੀਆ ਚੀਜ਼ਾਂ ਹੁਣ ਦੇਖ ਲੈਂਦੇ। ਚਲੋ ਇਲ ਮੋਂਦੋ ਕੀ ਉਹਨਾਂ ਨੇ ਦੱਸਿਆ, ਇਲ ਮੋਂਦੋ ਉਹਨਾਂ ਨੇ ਮੋਂਦੋ ਬਾਰੇ ਕੁਛ ਦੱਸਿਆ, ਦੇਖ ਲੈਂਦੇ ਹਾਂ, ਮੇਰਾ ਵੀ ਜੋਸੋ ਨਿਯੰਤੇ ਮੋਂਦੋ, ਹਾਂਜੀ, ਦੀ ਕੁਆਂਤੋ ਇਲ ਮੋਂਦੋ ਸੀ ਆ। ਹੁਣ ਮੋਂਦੋ ਉਹਨਾਂ ਨੇ ਮੋਂਦੇ ਤੋਂ ਗੱਲ ਕੀਤੀ, ਉਹ ਗਾਣੇ ਦੇ ਵਿੱਚ ਮੋਂਦੋ ਹੈਗਾ, ਇਸ ਕਰਕੇ ਇਲ ਮੋਂਦੋ ਕਰੋਸ਼ ਮਾਰ ਦੇਣਾ ਸੀ। ਉਸ ਤੋਂ ਬਾਅਦ ਇਲ ਬੈਨੇ ਦੀ ਉਹਨਾਂ ਦੋਨਾਂ, ਯਾਨੀ ਕਿ ਇਲ ਬੈਨੇ ਵਧੀਆ, ਦੀ ਉਹਨਾਂ ਦੋਨਾਂ, ਦੋਨਾਂ ਦੋਨਾਂ ਇੱਕ ਤੀਮੀ ਦਾ ਨਾਂ, ਤੀਮੀ ਹੋ ਗਈ, ਦੋਨਾਂ ਹੁੰਦੀ ਵੋਮੈਨ, ਯਾਨੀ ਕਿ ਜਿਹੜੀ ਵੋਮੈਨ ਦੀ ਵਧੀਆ ਚੀਜ਼ ਆ ਉਹ ਅਸੀਂ ਦੇਖਣੀ ਆ, ਬੈਨੇ ਨਹੀਂ, ਇਹ ਤਾਂ ਨਹੀਂ ਕੁਛ ਵੀ ਲਿਖਿਆ, ਇਹਨੂੰ ਰਹਿਣ ਦਿੰਦੇ ਹਾਂ। ਲਾਨੌਤੇ, ਲਾਨੌਤੇ ਹੁੰਦਾ ਰਾਤ, ਤੁਸੀਂ ਛੱਡੋ ਨਾ ਇਹਨੂੰ, ਮੈਂ ਤੁਹਾਨੂੰ ਮੈਂ ਇਹਨਾਂ ਦੇ ਵਰਡ ਮੀਨਿੰਗਸ ਦੱਸ ਦਿੰਦਾ, ਇਹਦੇ ਕੀ ਵਰਡ ਮੀਨਿੰਗਸ ਆ, ਠੀਕ ਹੈ ਜੀ। ਲਾਨੌਤੇ ਹੁੰਦਾ ਰਾਤ, ਇਲ ਟੈਂਪੋ ਹੁੰਦਾ ਟਾਈਮ, ਜਾਂ ਇਲ ਟੈਂਪੋ ਨੂੰ ਅਸੀਂ ਵੈਦਰ ਵੀ ਕਹਿ ਸਕਦੇ ਹਾਂ, ਇਹ ਮੌਸਮ। ਇਲ ਵੀਸੋ ਦਿਉਨ ਬਿੰਬੋ, ਵੀਸੋ ਹੁੰਦਾ ਆ ਮੂੰਹ, ਦਿਉਨ ਬਿੰਬੋ, ਬਿੰਬੋ ਹੁੰਦਾ ਆ ਬੰਬੀਨੋ ਹੁੰਦਾ ਬੱਚਾ, ਠੀਕ ਹੈ ਜੀ, ਯਾਨੀ ਕਿ ਬੱਚੇ ਦਾ ਮੂੰਹ। ਲਾ ਲੂਛੇ ਇਲੈਕਟ੍ਰੀਕਾ, ਲੂਛੇ ਇਲੈਕਟ੍ਰੀਕਾ ਉਹਨਾਂ ਨੂੰ ਬਿਜਲੀ, ਜਿਹੜੀ ਅਸਮਾਨੀ ਬਿਜਲੀ ਉਹਨੂੰ ਕਹਿ ਦਿੰਦੇ ਆ, ਲੂਛੇ ਇਲੈਕਟ੍ਰੀਕਾ, ਠੀਕ ਹੈ ਜੀ, ਅਸਮਾਨੀ ਬਿਜਲੀ ਨਹੀਂ, ਸੋਰੀ, ਲੂਛੇ ਲਾਈਟ, ਜਿਹੜੀ ਆ ਲਾਈਟ ਦੀ ਜਿਹੜੀ ਰੋਸ਼ਨੀ ਆ, ਠੀਕ ਹੈ ਜੀ, ਆਪਣੇ ਇਲੈਕਟ੍ਰਿਕ ਰੋਸ਼ਨੀ ਜਿਹੜੀ ਆ। ਇਲ ਬਰਾਚੋ ਦਿਉਨ ਅਮੀਕੋ, ਇਲ ਬਰਾਚੋ ਦਿਉਨ, ਬਰਾਚੋ ਹੁੰਦਾ ਬਾਂਹ, ਦਿਉਨ ਅਮੀਕੋ ਦੋਸਤ ਦੀ ਬਾਂਹ। ਲਸਪਿਆਜਾ, ਲਸਪਿਆਜਾ ਹੁਣ ਬਹੁਤ ਵਧੀਆ ਚੀਜ਼ ਇੱਥੇ ਸਿੱਖਣ ਵਾਲੀ, ਸਪਿਆਜਾ ਹੁੰਦਾ ਆ ਵੀ ਜਿੱਥੇ ਜਿੱਦਾਂ ਅਸੀਂ ਜਾ ਕੇ ਖੇਡਦੇ ਹਾਂ, ਮਾਰਿਆਂ ਵਾਲੀ ਜਗ੍ਹਾ, ਹਾਂਜੀ, ਬੀਚ 'ਤੇ, ਜਿੱਦਾਂ ਹੁਣ ਬੀਚ 'ਤੇ ਅਸੀਂ ਜਾ ਕੇ ਨਹਾ ਨਹੂ ਕੇ ਆ ਕੇ ਬਹਿ ਜਾਂਦੇ ਹਾਂ, ਜਾਂ ਉੱਥੇ ਛੱਤਰੀ ਲੱਗ ਬਹਿ ਜਾਂਦੇ, ਉਹਨੂੰ ਸਪਿਆਜਾ ਕਹਿ ਦਿੰਦੇ ਆ, ਠੀਕ ਹੈ ਜੀ, ਉਹ ਹੁੰਦਾ ਸਪਿਆਜਾ। ਇਲ ਸੋਲੇ, ਇਲ ਸੋਲੇ ਹੁੰਦਾ ਸੂਰਜ। ਚਲੋ ਜੀ, ਇਹ ਹੋ ਗਈ ਆ ਉਹਨੂੰ ਅੱਜ ਕੰਪਲੀਟ, ਫੁੱਲ ਕੋਰਸ ਹੋ ਗਿਆ ਅੱਜ ਇਹ ਕੰਪਲੀਟ। ਤਾਂ ਤੁਸੀਂ ਮੇਰੇ ਸਾਰੇ ਸਾਰੇ ਕੋਰਸ ਨੂੰ ਸ਼ੇਅਰ ਕਰ ਦਿਓ ਫਟਾਫਟ, ਅਗਰ ਤੁਸੀਂ ਕੋਈ ਮੇਰੇ ਕੋਲੋਂ ਆਸ ਰੱਖਦੇ ਵੀ ਮੈਂ ਗਾਹਾਂ ਕੁਛ ਸਟਾਰਟ ਕਰਾਂ, ਹੈ ਨਾ, ਅਤੇ ਅਗਰ ਸ਼ੇਅਰਿੰਗ ਦੀ ਥੋੜ੍ਹੀ ਐਨਾਲਿਸਟ, ਹੁਣ ਤੁਹਾਨੂੰ ਮੈਂ ਸਮਝਾਉਣਾ, ਮੈਂ ਐਨਾਲਾਈਜ ਵੀਡੀਓਜ਼ ਕਿੱਥੇ ਦੇਖਦਾ ਹਾਂ। ਲਾਸਟ ਵਾਲੀ ਇੱਕ ਮੈਂ ਹੋਰ ਚੀਜ਼ ਤੁਹਾਨੂੰ ਸੁਣਾਉਣੀ ਆ, ਵੀਡੀਓ ਨੂੰ ਬੰਦ ਨਾ ਕਰਿਓ, ਤੁਹਾਨੂੰ ਮੈਂ ਦੱਸਦਾ। ਆ ਹੋ ਗਿਆ ਸਾਡਾ YT ਸਟੂਡੀਓ ਸਟੂਰ, ਆਹ ਦੇਖੋ ਸਾਰੇ 28 ਦਿਨਾਂ ਦੇ $1.47 ਆਇਆ, ਚਲੋ ਕੋਈ ਗੱਲ ਨਹੀਂ, ਗਾਹਾਂ ਗਾਹਾਂ ਵਧੂ ਗਈ। ਐਨਾਲਿਟਿਕਸ, ਜਿਹੜੇ ਐਨਾਲਿਟਿਕਸ ਹੁੰਦੇ ਆ ਸਾਡੇ, ਇਹ ਆ ਹੁੰਦੇ ਆ, ਇਹਨਾਂ ਦੀ ਗੱਲ ਮੈਂ ਕਰ ਰਿਹਾ ਸੀ। ਅਗਰ ਤੁਸੀਂ ਮੇਰੇ ਐਨਾਲਿਟਿਕਸ ਸ਼ੇਅਰਿੰਗ ਵਾਲੇ ਜ਼ਿਆਦਾ ਵਧਾਉਂਦੇ, ਆਡੀਅੰਸ ਜਿਹੜੀ ਹੈ ਮੇਰੀ ਸ਼ੇਅਰਿੰਗ ਵਾਲੀ ਜ਼ਿਆਦਾ ਹੋ ਜਾਂਦੀ ਆ ਕੰਟਰੀਜ਼ ਦੇ ਵਿੱਚ, ਪਾਕਿਸਤਾਨ ਵੀ ਦੇਖ ਰਹੇ ਮੇਰੇ, ਇੰਡੀਆ ਵੀ, ਇਟਲੀ ਦੇ ਵਿੱਚ ਜ਼ਿਆਦਾ ਦੇਖ ਰਹੇ ਆ ਮੇਰੇ ਸਟੂਡੈਂਟਸ, ਅਗਰ ਤੁਸੀਂ ਮੇਰੀ ਸ਼ੇਅਰਿੰਗ ਵਾਲੀ ਥੋੜ੍ਹੀ ਜਿਹੀ ਵਧਾ ਦਿੰਦੇ ਆ, ਤਾਂ ਫਿਰ ਐਨਾਲਿਟਿਕਸ ਵੱਧ ਜਾਣੀ ਆ, ਤਾਂ ਫਿਰ ਆਹ ਸਿਰਫ ਜਿਹੜੀਆਂ ਆਡੀਅੰਸ ਸਿਰਫ ਇਟਲੀ, ਇੰਡੀਆ, ਪਾਕਿਸਤਾਨ ਹੈ, ਇਹ ਆਡੀਅੰਸ ਮੇਰੀ ਪੂਰੇ ਵਰਲਡ ਵਾਈਡ ਜਾ ਸਕਦੀ ਆ,
ਅਤੇ ਮੇਰੇ ਐਨਾਲਿਟਿਕਸ ਵਧਣ ਦੇ ਨਾਲ ਤਾਂ ਵੀਡੀਓਜ਼ ਦੀ ਵਿਊਜ਼ ਵੀ ਆਊਗੇ ਜ਼ਿਆਦਾ। ਜਿੱਦਾਂ ਹੁਣ ਵਿਊਜ਼ ਇੱਕ ਦਿਨ ਦੇ ਥੋੜ੍ਹੇ ਆਉਂਦੇ ਆ ਤਾਂ ਵੱਧ ਵੀ ਸਕਦੇ ਆ, ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਸ਼ੇਅਰਿੰਗ ਜ਼ਿਆਦਾ ਰੱਖੋ ਅਤੇ ਵੀਡੀਓਜ਼ ਥੋੜ੍ਹੀ ਜਿਹੀਆਂ ਮੇਰੀਆਂ ਮਸ਼ਹੂਰ ਹੋਣ, ਫਿਰ ਤੁਹਾਨੂੰ ਥੋੜ੍ਹਾ ਜਿਹਾ ਫਾਇਦਾ ਹੋਊਗਾ, ਐਵਰੇਜ ਵਧੂਗੀ। ਅਤੇ ਚਲੋ ਠੀਕ ਹੈ ਜੀ, ਹੁਣ ਜਿੱਦਾਂ ਦੇਖੋ ਇਹ ਲਾਈਕਸ ਤਾਂ ਠੀਕ ਠਾਕ ਆ ਅਤੇ ਸਬਸਕ੍ਰਾਈਬਰਸ ਜਿਹੜੇ ਆ ਉਹ ਘੱਟ ਆ, ਸਬਸਕ੍ਰਾਈਬਰਸ ਘੱਟ ਆ। ਦੇਖੋ ਕਿੰਨੇ ਪਹਿਲਾਂ ਮਾਰਚ ਦੇ ਵਿੱਚ ਪਿਛਲੇ ਮਹੀਨੇ ਸਬਸਕ੍ਰਾਈਬਰ ਜ਼ਿਆਦਾ ਸੀਗੇ ਅਤੇ ਹੁਣ ਸਭ ਤੋਂ ਘੱਟ ਹੋ ਗਏ ਇਸ ਮਹੀਨੇ। ਇਸ ਕਰਕੇ ਮੈਂ ਰਿਕੁਐਸਟ ਕਰਦਾ ਵੀ ਮੇਰੇ ਸਬਸਕ੍ਰਾਈਬਰਸ ਵਧਾਓ, ਸ਼ੇਅਰ ਕਰੋ ਵੀਡੀਓਜ਼ ਨੂੰ, ਫੇਸਬੁੱਕ 'ਤੇ ਸ਼ੇਅਰ ਕਰੋ, ਹੋਰ ਤੋਂ ਹੋਰ ਤੁਸੀਂ ਫੇਸਬੁੱਕ 'ਤੇ ਸ਼ੇਅਰ ਕਰ ਸਕਦੇ ਹੋ ਸਿਰਫ, ਜਾਂ ਵਟਸਐਪ 'ਤੇ ਆਪਣੇ ਕਿਸੇ ਜਿਹਨੂੰ ਮਿੱਤਰ ਨੂੰ ਚਾਹੀਦੀ ਆ। ਫੇਸਬੁੱਕ 'ਤੇ ਤੁਸੀਂ ਹਰੇਕ ਨਾਲ ਸ਼ੇਅਰ ਕਰ ਸਕਦੇ, ਠੀਕ ਹੈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜਦੋਂ ਹੀ ਅਪਲੋਡ ਹੁੰਦੀ ਹੈ, ਜਦੋਂ ਹੀ ਤੁਹਾਨੂੰ ਸਕਰੀਨ 'ਤੇ ਦਿਖਦੀ ਆ। ਅਤੇ ਬਾਕੀ ਮੈਨੂੰ ਇੰਗਲਿਸ਼ ਵਾਲਾ ਦੱਸਿਓ ਕੋਰਸ ਤੁਸੀਂ ਕਰਨਾ ਜਾਂ ਨਹੀਂ ਕਰਨਾ, ਅਤੇ ਹੋ ਸਕਦਾ ਮੈਂ ਕੋਈ ਟੀਚਰ ਹਾਇਰ ਕਰ ਲਵਾਂ ਆਪਣੇ ਆਪਣੇ ਚੈਨਲ ਲਈ, ਪਰ ਪਹਿਲਾਂ ਮੈਂ ਬੇਸਿਕ ਤੁਹਾਨੂੰ ਮੈਂ ਕਰਵਾ ਦੂੰਗਾ। ਅਗਰ ਤੁਹਾਨੂੰ ਬੇਸਿਕ ਤੋਂ ਬਾਅਦ ਹਾਈ ਲੈਵਲ ਚਾਹੀਦਾ ਆ, ਯਾਨੀ ਕਿ ਬੇਸਿਕ ਟੂ ਚਾਹੀਦਾ ਆ, ਤੁਹਾਨੂੰ ਸਪੀਕਿੰਗ ਵੀ ਸਿੱਖਣੀ ਜ਼ਿਆਦਾ ਵਧੀਆ, ਯਾਨੀ ਕਿ ਆਪਣੇ ਆਪ ਨੂੰ ਡਿਵਲਪ ਕਰਨਾ ਤੁਸੀਂ, ਤਾਂ ਤੁਸੀਂ ਮੈਨੂੰ ਦੱਸ ਸਕਦੇ ਆ ਕਮੈਂਟ ਦੇ ਵਿੱਚ, ਤਾਂ ਮੈਂ ਥੋੜ੍ਹਾ ਜਿਹਾ ਹੋਰ ਵਧਾ ਦੂੰਗਾ ਅਤੇ ਕੋਈ ਟੀਚਰ ਵੀ ਹਾਇਰ ਕਰ ਲਊਂਗਾ, ਬਾਕੀ ਤੁਹਾਡੇ ਡਿਪੈਂਡ ਹੈ। ਠੀਕ ਹੈ ਜੀ, ਵੀਡੀਓ ਕੰਪਲੀਟ। ਹੁਣ ਇਸ ਤੋਂ ਬਾਅਦ ਆ ਦੂਏ ਦੀ ਕਲਾਸ ਮੈਂ ਕੱਲੂ ਪਾਊਂਗਾ, ਅਤੇ ਹੋ ਸਕਦਾ ਜੇ ਤੁਹਾਡੇ ਕਮੈਂਟਸ ਜ਼ਿਆਦਾ ਆਏਗੇ ਇੰਗਲਿਸ਼ ਜਾਂ ਜੇ ਕਿਸੇ ਨੇ ਜ਼ਿਆਦਾ ਜ਼ਰੂਰੀ ਸਿੱਖਣੀ ਆ ਉਹ ਮੈਨੂੰ ਦੱਸ ਸਕਦਾ। ਚਲੋ ਜੀ ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ।